ਪੰਜਾਬੀ ਫੀਚਰ ਫਿਲਮ ਪ੍ਰਾਊਡ ਟੂ ਬੀ ਸਿੱਖ ਦਾ ਦਿੱਲੀ ਦੇ ਪੀਤਮਪੁਰਾ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਮਰਸ ਵਿੱਚ ਪ੍ਰਦਰਸ਼ਨ ਕੀਤਾ ਗਿਆ। ਅਕਾਲ ਸਹਾਇ ਯੂਥ ਫੈਡਰੇਸ਼ਨ ਵੱਲੋਂ ਇਸ ਫਿਲਮ ਦੇ 3 ਸ਼ੋਅ ਕਰਵਾਏ ਗਏ। ਫਿਲਮ ਦੇ ਨਿਰਦੇਸ਼ਕ ਸਤਦੀਪ ਸਿੰਘ ਨੇ ਕਿਹਾ ਕਿ ਇਹ ਫਿਲਮ ਛੇਤੀ ਹੀ ਰਿਲੀਜ਼ ਕੀਤੀ ਜਾਵੇਗੀ। ਫਿਲਮ ਵਿੱਚ ਸਿੱਖ ਨੌਜਵਾਨਾਂ ਨੂੰ ਸਿੱਖੀ ਤੋਂ ਦੂਰ ਹੋਣ ਲਈ ਵਰਜਿਆ ਗਿਆ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ 'ਤੇ ਚੱਲਣ ਲਈ ਪ੍ਰੇਰਿਆ ਗਿਆ ਹੈ। ਮੇਰਾ ਮਾਨ ਸਿੱਖੀ, ਮੇਰੀ ਸ਼ਾਨ ਸਿੱਖੀ। ਸਿੱਖੀ ਦੇ ਕੀ ਫੰਡਾਮੈਂਟਲ ਰੂਲਸ ਹੈ ਬੇਸਿਕਲੀ ਅਸੀਂ ਇਹ ਫਿਲਮ 'ਚੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਆਮ ਜੋ ਅਸੀਂ ਸਮਝਦੇ ਹਾਂ ਸਿੱਖ ਦੀ ਪਰਿਭਾਸ਼ਾ ਕੀ ਹੈ, ਸ਼ਾਇਦ ਜੋ ਅਸੀਂ ਦੁਨੀਆ ਸਾਹਮਣੇ ਕਰ ਰਹੇ ਹਾਂ ਸ਼ਾਇਦ ਉਹ ਨਹੀਂ ਹੈ, ਪਰ ਉਹਨੂੰ ਕੁਝ ਹੋਰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੂਲਾਂ ਦੇ ਮੁਤਾਬਕ। ਉਹ ਇਸ ਫਿਲਮ ਦਾ ਮੇਨ ਅਸੀਂ ਮੋਟੋ ਹੈ ਜੋ ਅਸੀਂ ਦਿਖਾਉਣਾ ਚਾਹੁੰਦੇ ਹਾਂ। ਮੂਵੀ ਦੇ ਅਜੇ ਫਿਲਹਾਲ ਸਕਰੀਨਿੰਗਸ ਹੋ ਰਹੀਆਂ, ਜਿਵੇਂ ਆਪਣੇ ਪ੍ਰੋਡਿਊਸਰ ਸਾਹਿਬ ਨੇ ਦੱਸਿਆ ਕਿ ਕਈ ਕੰਟਰੀਜ਼ 'ਚ ਹੋ ਚੁੱਕੀ ਹੈ। ਟੋਰਾਂਟੋ ਵਿੱਚ ਫਿਲਮ ਫੈਸਟੀਵਲ ਹੋਇਆ, ਇੱਕ ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟੀਵਲ, ਐਂਡ ਮੈਂ ਬਹੁਤ ਪ੍ਰਾਊਡਲੀ ਇਹ ਗੱਲ ਦੱਸਾਂ ਕਿ ਫਸਟ ਟਾਈਮ ਉੱਥੇ ਇੱਕ ਮੂਵੀ ਨੂੰ ਸਟੈਂਡਿੰਗ ਓਵੇਸ਼ਨ ਮਿਲਿਆ, ਦੈਟ ਵਾਜ਼ ਪ੍ਰਾਊਡ ਟੂ ਬੀ ਅ ਸਿੱਖ। ਤੋ ਹੁਣ ਬਹੁਤ ਜਲਦ ਕੁਛ ਮੰਥਸ ਤੱਕ ਅਸੀਂ ਰਿਲੀਜ਼ ਦਾ ਪਲਾਨ ਕਰ ਰਹੇ ਹਾਂ, ਇੱਕ ਓਫਿਸ਼ੀਅਲ ਜੋ ਆਲ ਓਵਰ ਰਿਲੀਜ਼ ਹੋਏਗੀ, ਬਟ ਉਦੋਂ ਤੱਕ ਹਜੇ ਫਿਲਹਾਲ ਅਬਰੋਡ ਸ਼ੋਅਜ਼ ਚੱਲ ਰਹੇ ਹੈ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।